ਜਿਹੜਾ ਕਿ ਧਰਨਾ ਲਾਇਆ, ਕਿਸ ਬਾਰੇ ਧਰਨਾ ਲਾਇਆ ਯਾਰ? ਦੇਖੋ, ਮੋਦੀ ਅਮਿਤ ਸ਼ਾਹ ਦੀ ਜਿਹੜੀ ਸੰਵਿਧਾਨ ਮਾਰੂ ਲੋਕਤੰਤਰਕ ਦਾ ਢਾਂਚੇ ਦਾ ਘਾਣ ਕਰਨ ਵਾਲੀ ਜਿਹੜੀ ਸਰਕਾਰ ਹੈ, ਉਸ ਦੇ ਵੱਲੋਂ ਜੋ ਤਾਨਾਸ਼ਾਹੀ ਰਵੱਈਆ ਅੱਜ ਦੇਸ਼ ਦੇ ਵਿੱਚ ਅਖਤਿਆਰ ਕੀਤਾ ਜਾ ਰਿਹਾ ਹੈ, ਔਰ ਜਿਸ ਦੇ ਤਹਿਤ ਲੋਕਾਂ ਦੇ ਜਿਹੜੇ ਸੰਵਿਧਾਨਕ ਹੱਕ ਨੇ ਉਹਨਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਵੱਡਾ ਹਮਲਾ ਕੀਤਾ ਜਾ ਰਿਹਾ ਹੈ, ਔਰ ਜਿਸ ਤਰੀਕੇ ਦੇ ਨਾਲ ਸ਼੍ਰੀ ਰਾਹੁਲ ਗਾਂਧੀ ਜੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਨੂੰ ਬੜੇ ਇੱਕ ਸ਼ੜਯੰਤਰ ਦੇ ਤਹਿਤ ਖਤਮ ਕੀਤਾ ਗਿਆ ਆ, ਇਹ ਲੋਕਤੰਤਰ ਦਾ ਘਾਣ ਹੈ ਔਰ ਸੰਵਿਧਾਨਕ ਕਦਰਾਂ ਕੀਮਤਾਂ ਦੀ ਅਣਦੇਖੀ ਹੈ। ਇਸ ਦੇ ਖਿਲਾਫ ਅੱਜ ਪੂਰੇ ਦੇਸ਼ ਭਰ ਦੇ ਵਿੱਚ ਜੋ ਇਹ ਇੱਕ ਵਿਰੋਧ ਦਰਜ ਕਰਨ ਦੇ ਲਈ ਇੱਕ ਸੱਤਿਆਗ੍ਰਹਿ ਦੇ ਰੂਪ ਦੇ ਵਿੱਚ ਇੱਕ ਜੋ ਪੂਰੇ ਦੇਸ਼ ਦੇ ਵਿੱਚ ਧਰਨੇ ਲਾਏ ਗਏ ਨੇ, ਇਹ ਅੱਜ ਦਾ ਅੱਜ ਤੋਂ ਸੱਤਿਆਗ੍ਰਹਿ, ਜਿਵੇਂ ਦੇਸ਼ ਦੀ ਆਜ਼ਾਦੀ ਦੇ ਲਈ ਸੱਤਿਆਗ੍ਰਹਿ ਹੋਇਆ ਸੀ, ਉਵੇਂ ਸੰਵਿਧਾਨਕ ਕਦਰਾਂ ਕੀਮਤਾਂ ਅਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਔਰ ਇਸ ਤਾਨਾਸ਼ਾਹੀ ਸਰਕਾਰ ਨੂੰ ਜੜੋਂ ਪੁੱਟਣ ਦੇ ਲਈ ਇਹ ਸੱਤਿਆਗ੍ਰਹਿ ਦੀ ਸ਼ੁਰੂਆਤ ਕੀਤੀ ਗਈ ਹੈ, ਔਰ ਅੱਜ ਇਹ ਦੇਸ਼ ਦੇ ਵਿੱਚ ਥਾਂ ਥਾਂ 'ਤੇ, ਹਰ ਜ਼ਿਲ੍ਹੇ ਦੇ ਵਿੱਚ, ਹਰ ਪ੍ਰਾਂਤ ਦੇ ਵਿੱਚ ਥਾਂ ਥਾਂ ਦੇ ਉੱਤੇ ਇਹ ਸੱਤਿਆਗ੍ਰਹਿ ਦੀ ਸ਼ੁਰੂਆਤ ਲੋਕਾਂ ਵੱਲੋਂ ਆਪਣੇ ਤੌਰ 'ਤੇ ਪ੍ਰਣ ਲੈ ਕੇ ਕੀਤੀ ਗਈ ਹੈ ਕਿ ਅੱਜ ਤੋਂ ਬਾਅਦ ਕਾਂਗਰਸ ਦਾ ਕੋਈ ਵੀ ਵਰਕਰ ਸਾਥੀ ਇਸ ਤਾਨਾਸ਼ਾਹੀ ਸਰਕਾਰ ਦੇ ਦਾ ਜਿਹੜਾ ਇਹ ਤਾਨਾਸ਼ਾਹੀ ਰਵੱਈਆ ਆ ਉਹਨੂੰ ਬਰਦਾਸ਼ਤ ਨਹੀਂ ਕਰੂਗਾ, ਔਰ ਇਸ ਤਾਨਾਸ਼ਾਹੀ ਰਵੱਈਏ ਦੇ ਖਿਲਾਫ਼ ਇਹ ਸੱਤਿਆਗ੍ਰਹਿ ਉਦੋਂ ਤੱਕ ਜਾਰੀ ਰਹੂਗਾ, ਇਹਦੇ ਲਈ ਕਿਸੇ ਤਰ੍ਹਾਂ ਦੀ ਕੋਈ ਕੁਰਬਾਨੀ ਦੇਣੀ ਪਵੇ ਉਹਦੇ ਵਾਸਤੇ ਹਰ ਇੱਕ ਭਾਰਤੀ, ਹਰ ਇੱਕ ਉਹ ਵਿਅਕਤੀ ਜਿਹੜਾ ਕਿ ਲੋਕਤੰਤਰ ਨੂੰ, ਸੰਵਿਧਾਨ ਨੂੰ ਪਿਆਰ ਕਰਦਾ ਆ, ਉਹ ਇਸ ਸੱਤਿਆਗ੍ਰਹਿ ਦਾ ਹਿੱਸਾ ਬਣ ਕੇ ਇਸ ਤਾਨਾਸ਼ਾਹੀ ਸਰਕਾਰ ਦਾ ਵਿਰੋਧ ਕਰੂਗਾ। ਆਜ਼ਾਦੀ ਦੀ ਗੱਲ ਕਰਦੇ ਆਪਾਂ, ਜੇਕਰ ਦੇਸ਼ ਅੱਜ ਵੀ ਗੁਲਾਮ ਆ, ਮੀਡੀਆ ਦੇ ਵੀ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ, ਕਿਵੇਂ ਦੇਖਦੇ ਹੋ? ਦੇਖੋ, ਇਕੱਲਾ ਮੀਡੀਆ 'ਤੇ ਨਹੀਂ ਸ਼ਿਕੰਜਾ ਕੱਸਿਆ ਜਾ ਰਿਹਾ, ਅੱਜ ਜੁਡੀਸ਼ਰੀ ਦੇ ਕੋਲੋਂ ਜਿਸ ਤਰੀਕੇ ਦੇ ਫੈਸਲੇ ਕਰਵਾਏ ਜਾ ਰਹੇ ਨੇ ਦਬਾਅ ਦੇ ਥੱਲੇ, ਅੱਜ ED ਅਤੇ CBI ਅਤੇ ਇਨਕਮ ਟੈਕਸ ਨੂੰ ਜਿਵੇਂ ਵਰਤਿਆ ਜਾ ਰਿਹਾ, ਅੱਜ ਇਲੈਕਸ਼ਨ ਕਮਿਸ਼ਨ ਦੀ ਜਿਸ ਤਰੀਕੇ ਦੇ ਨਾਲ ਦੁਰਵਰਤੋਂ ਹੋ ਰਹੀ ਹੈ, ਅੱਜ ਜਿੰਨੀਆਂ ਵੀ ਆਜ਼ਾਦ ਸੰਸਥਾਵਾਂ ਨੇ ਇਸ ਦੇਸ਼ ਦੀਆਂ, ਚਾਹੇ ਉਹ ਆਰਮੀ ਹੈ, ਚਾਹੇ ਪੁਲਿਸ ਹੈ, ਚਾਹੇ ਪੈਰਾਮਿਲਟਰੀ ਫੋਰਸਿਸ ਹੈ, ਚਾਹੇ ਉਹ ਕੋਈ ਹੋਰ ਅਦਾਰੇ ਨੇ ਜਿਹਦੇ ਤਹਿਤ ਲੋਕਾਂ ਨੂੰ ਡਰਾਇਆ ਧਮਕਾਇਆ ਅਤੇ ਪਰੇਸ਼ਾਨ ਕੀਤਾ ਜਾ ਸਕੇ, ਉਹ ਸਾਰਿਆਂ ਦੀ ਆਜ਼ਾਦੀ ਜਿਹੜੀ ਹੈਗੀ ਹੈ ਉਹ ਖਤਰੇ 'ਚ ਹੈ। ਅੱਜ ਮੀਡੀਆ ਦੇ ਉੱਤੇ ਜਿਸ ਤਰੀਕੇ ਦੇ ਨਾਲ ਪ੍ਰਹਾਰ ਕੀਤਾ ਜਾ ਰਿਹਾ, ਅੱਜ ਚਾਹੇ ਕੇਂਦਰ ਦੀ ਸਰਕਾਰ ਹੈ ਔਰ ਚਾਹੇ ਪੰਜਾਬ 'ਚ ਆਪਾਂ ਦੇਖ ਰਹੇ ਹਾਂ, ਜਿਸ ਤਰੀਕੇ ਦੇ ਨਾਲ ਇਹ ਚੌਥਾ ਪਾਵਾ ਜਿਹੜਾ ਹੈਗਾ ਆ ਸਾਡੇ ਲੋਕਤੰਤਰ ਦਾ, ਜਿਹਨੇ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ, ਜਿਹਨੇ ਜੇ ਚੰਗਾ ਹੋ ਰਿਹਾ ਅਤੇ ਚੰਗਾ ਦਿਖਾਉਣਾ ਅਤੇ ਜੇ ਕਿਤੇ ਕੁਛ ਮਾੜਾ ਹੋ ਰਿਹਾ ਤਾਂ ਉਹਨੂੰ ਮਾੜਾ ਦਿਖਾਉਣਾ, ਉਸ ਦਾ ਜਿਹੜਾ ਹੈਗਾ ਆ ਜਿਸ ਤਰੀਕੇ ਨਾਲ ਉਹਦਾ ਘਾਣ ਕਰਨ ਦੀ, ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਆਪਣਾ ਗੋਦੀ ਮੀਡੀਆ ਬਣਾ ਕੇ ਉਹਦੇ ਤਹਿਤ ਲੋਕਾਂ ਦੇ ਵਿੱਚ ਗਲਤ ਪ੍ਰਚਾਰ ਕਰਨ ਦਾ ਜਿਹੜਾ ਇੱਕ ਢੰਗ ਤਰੀਕਾ ਆ, ਇਹ ਵੀ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਤਾਨਾਸ਼ਾਹੀ ਤਾਂ ਲੋਕਾਂ ਨੇ, ਅੰਗਰੇਜ਼ਾਂ ਦੀ ਨਹੀਂ ਚੱਲੀ, ਅਬਦਾਲੀ ਦੀ ਨਹੀਂ ਚੱਲੀ, ਔਰੰਗਜ਼ੇਬ ਦੀ ਨਹੀਂ ਚੱਲੀ, ਅਤੇ ਇਹਨਾਂ ਦੀ ਤਾਨਾਸ਼ਾਹੀ ਇਹ ਕੀ ਸੋਚਦੇ ਆ? ਲੋਕ ਹੌਲੀ ਹੌਲੀ ਜਾਗਰੂਕ ਹੋ ਕੇ ਇਹਦੇ ਖਿਲਾਫ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਆ ਰੋਹ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ। ਇੱਥੇ ਧਰਨੇ 'ਚ ਬੈਠੇ ਆ, ਜਿਹੜੀ 2 ਸਾਲ ਦੀ ਮੱਤ ਲਈ ਮੈਂਬਰ ਪਾਰਲੀਮੈਂਟ ਸ੍ਰੀ ਰਾਹੁਲ ਗਾਂਧੀ ਜੀ ਕੀਤੀ ਹੈ, ਬਹੁਤ ਮਨਪਸੰਦ ਖਬਰ ਹੈ, ਬਹੁਤ ਵੱਡੀ ਘਟਨਾ ਹੈ, ਕਿਉਂਕਿ ਇਹ ਮੱਤ ਲਈ ਕਿਉਂ ਕੀਤੀ ਗਈ ਹੈ, ਕਿਉਂਕਿ ਰਾਹੁਲ ਗਾਂਧੀ ਜਾਂ ਨੈਕਸਟ ਇਹ ਭਾਸ਼ਣ ਸੀਗਾ, ਉਹਨਾਂ ਨੇ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ 9 ਸਾਲ ਦੇ ਵਿੱਚ ਉਹ ਉਜਾਗਰ ਕਰਨੀਆਂ ਸੀਗੀਆਂ, ਅਤੇ ਉਹਦੇ ਲਈ ਉਹ ਭਾਸ਼ਣ ਤੋਂ ਸਹੀ ਮਾਇਨੇ 'ਚ
मोदी जी की टीम पूरी डर गई, ताही उनकी मतली की गई है। जिमें साडे जो देश आजाद होया 47 च उतों तो ही कांग्रेस पार्टी राज कर रही है, तो राज कदे भी किसी ना धक्का नहीं किया गया, तो हमेशा ही जो दूजिया पार्टियां सी उन्हां नाल भी प्रोपर ओपोजिशन वांगू उन्हां नाल व्यवहार हुंदा सीगा। पर मोदी जी बने ने चाहे ईडी राही रहे चाहे CBI वालों डराया जा रहा, असी इस चीज़ नूं बर्दाश्त नहीं करांगे, चाहे सानूं धरने लाने पैण चाहे मुजाहरे करने पैण, असी हर जिला तौर पर हर पिंड पिंड जाके असी श्री राहुल गांधी जी का, यह नहीं भी राहुल गांधी जी का, यह पूरी समुची भारत का सवाल है। अज सारिया पार्टियां ही कल धरना दिल्ली पार्लीमेंट से बाहर लग्या, तो यह नहीं भी कांग्रेस पार्टी ने धरना लाया, ये सारिया पार्टियां ने इकट्ठे होकर मोदी के रवैये तो तंग आके इन्हें धरना लाया ता कि इदा दिया गलतियां ये दुबारे ना दोहरा सके। तो जिमें बर्खास्त किया है उमें राहुल गांधी को जल्दी बहाल करना चाहिए, ता कि इन्हों का जो रवैया मोदी का रवैया दूजिया के प्रति भी ठीक होना चाहिए। जिमें लालू यादव की बेटी तंग किया जा रहा, उसके बेटे तंग किया जा रहा, तो दूजे जेडे BJP तो वक्रिया पार्टियां ने उन्होंने तंग किया जा रहा, जब तक उन्होंने तंग करने नहीं हटेंगे, जब तक इतने मुजहरे धरने सत्याग्रह ये मिलेगा।